ਗੁਰਬਾਣੀ ਨਾਲ ਜੋੜ ਸਕਦੇ ਆ ਆਪ ਸਭ ਨੂੰ ਬੇਨਤੀ ਹੈ ਤੁਸੀਂ ਆਪਣੇ ਬੱਚਿਆਂ ਨੂੰ ਐਤਵਾਰ ਨੂੰ 10 ਵਜੇ ਤੋਂ ਲੈ ਕੇ 12 ਵਜੇ ਤੱਕ ਗੁਰਦੁਆਰਾ ਪੱਤੀ ਜਸੇ ਕੀ ਵਿਖੇ ਭੇਜਿਆ ਕਰੋ ਆਪਣੇ ਬੱਚਿਆਂ ਦੇ ਨਾਮ ਸਿੱਧ ਕਰਾਓ ਉਹਨਾਂ ਨੂੰ ਗੁਰਮਤ ਨਾਲ ਜੋੜੋ ਜੇ ਹੁਣ ਆਪਣੇ ਰਾਗੀ ਜਿਥਾ ਇਹਨੇ ਆਨੰਦ ਨਾਲ ਗਾ ਰਿਹਾ ਇੱਕ ਚੰਗੇ ਸਾਜ ਦੇ ਚੰਗੇ ਬੱਚੇ ਆ ਜਿਹੜੇ ਗਾ ਰਹੇ ਆ ਤਾਂ ਆਪਾਂ ਹਰ ਐਤਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਤੋਂ ਤਾਨਪੁਰਾ ਵਜਾਉਂਦੇ ਤੁਸੀਂ ਕਦੀ ਦੇਖਿਆ ਹੋਊਗਾ ਸਤਿਖੰਡ ਹਰਿਮੰਦਰ ਸਾਹਿਬ ਕੀਰਤਨ ਹੁੰਦਾ ਤਾਨਪੁਰਾ ਵਜਾਉਣ ਵਾਲੇ ਭਾਈ ਸਾਹਿਬ ਆ ਜਿਹੜੇ ਹਰ ਐਤਵਾਰ ਆਉਂਦੇ ਆ ਔਰ ਤੁਸੀਂ ਇਹਨਾਂ ਕੋਲ ਆਪਣੇ ਬੱਚਿਆਂ ਨੂੰ ਤਬਲਾ ਹਾਰਮੋਨੀਅਮ ਕੀਰਤਨ ਦੀ ਜਿਹੜੀ ਅਦਾਤ ਉੱਥੇ ਬੁਲਾ ਸਕਦੇ ਹੋ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜ ਸਕਦੇ ਆ ਗੁਰੂ ਸਾਹਿਬ ਨੂੰ ਜੀ ਆਖਿਆ ਹੁਣ ਮੈਂ ਬੇਨਤੀ ਕਰਾਂਗਾ ਸੂਬੇਦਾਰ ਦਲਜੀਤ ਸਿੰਘ ਜੀ ਅੱਜ ਸਰੋਪਾਲ ਪ੍ਰਾਪਤ ਕਰਨਗੇ ਤੇ ਆਇਓ ਸੰਗਤ ਦਾ ਧੰਨਵਾਦ ਕਰਨਗੇ ਸੂਬੇਦਾਰ ਦਲਜੀਤ ਸਿੰਘ ਜੀ ਗੁਰੂ ਪਿਆਰੇ ਸਾਧ ਸੰਗਤ ਜੀ ਗੁਰੂ ਹਜ਼ੂਰੀ ਵਿੱਚ ਬੈਠੇ ਹੋਏ ਰੱਜ ਕੇ ਵਜੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਾਰੀ ਸੰਗਤ ਨੂੰ ਬੇਨਤੀ ਕਰੂੰਗਾ ਮੇਰੇ ਨਾਲ ਇੱਕ ਮਿੰਟ ਵਾਸਤੇ ਗੁਰੂ ਨਾਨਕ ਸਾਹਿਬ ਦਾ ਸਭ ਤੋਂ ਵੱਡਾ ਉਪਦੇਸ਼ ਜੋ ਸਾਡੇ ਵਾਸਤੇ ਆ ਮੂਲ ਮੰਤਰ ਉਸਦਾ ਜਾਪ ਕੀਤਾ ਜਾਵੇ ਉਸ ਤੋਂ ਬਾਅਦ ਆਪਾਂ ਦੁਬਾਰਾ ਜੋ ਵੀ ਅੱਗੇ ਕਾਰਵਾਈ ਕਰਾਂਗੇ ਮੇਰੇ ਉਚਾਰਨ ਦੇ ਨਾਲ ਹੀ ਆਪ ਉਚਾਰਨ ਕਰਨ ਦੀ ਕੋਸ਼ਿਸ਼ ਕਰਨੀ ਓਮਕਾਰ ਸਤਨਾਮ ਦੱਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦੇ ਬਾਬਤ ਬਹੁਤ ਵਿਦਵਾਨਾਂ ਨੇ ਆਪਣੇ ਆਪਣੇ ਵਿਚਾਰ ਦਿੱਤੇ ਜਿੰਨੀ ਕਿਸੇ ਦੀ ਸਮਝ ਸੀ ਕਿਸੇ ਦਾ ਕੋਈ ਪਹੁੰਚ ਸਕਦਾ ਸੀ ਆਪਣੇ ਵਿਚਾਰ ਰੱਖੇ ਸੰਤ ਵਿਵੇਕਾਨੰਦ ਜੀ ਹੋਏ ਆ ਉਹਨਾਂ ਨੂੰ ਕਿਸੇ ਨੇ ਗੁਰੂ ਨਾਨਕ ਸਾਹਿਬ ਦੇ ਬਾਰੇ ਪੁੱਛਿਆ ਉਹਨਾਂ ਨੇ ਆਖਿਆ ਧਰਤੀ ਤੇ ਉੱਤੇ ਜਿੰਨਾ ਵੀ ਪਾਪ ਹੋ ਜਾਂਦੇ ਉਸ ਸਮੇਂ ਜੋ ਵੀ ਗਲਤ ਕੰਮ ਹੋ ਰਿਹਾ ਸੀ ਚਾਹੇ ਉਹ ਰਾਜਾ ਸੀ ਚਾਹੇ ਭਿਖਾਰੀ ਸੀ ਚਾਹੇ ਕੁਛ ਵੀ ਹਰ ਤਰ੍ਹਾਂ ਦੇ ਆਦਮੀ ਗਲਤ ਕੰਮ ਕਰ ਰਿਹਾ ਸੀ ਜੋ ਧਰਤੀ ਦੇ ਉੱਤੇ ਭਾਰ ਬਣਿਆ ਹੋਇਆ ਸੀ ਜਦੋਂ ਅਕਾਲ ਪੁਰਖ ਨੇ ਉਸ ਸਾਰੀ ਸ੍ਰਿਸ਼ਟੀ ਦਾ ਵਾਤਾਵਰਨ ਵੇਖ ਕੇ ਗੁਰੂ ਅਕਾਲ ਪੁਰਖ ਦੀ ਅੱਖ ਵਿੱਚੋਂ ਇੱਕ ਹੰਝੂ ਡਿੱਗਾ
جو اس نے بعد میں گرو نانک صاحب کیا گیا مطلب کہ انہیں انہوں نے بچے دکھیاں دی پیڑ سی سوئیاں نے سوئیاں دے بچے پتا نے بہت سونا بیان کیتا پرتھمے نانک چند جگت پیو آنند پرتھمے نانک چند جگت پیو آنند تارن منک جن کیو پرداس بھائی گرداس جی نے آخیا ستگر نانک پرگیا نیل چند جگت امر ہوا ਪਾਪ ਦੇ ਵਿੱਚ ਸਭ ਕੁਝ ਛੁਪਿਆ ਹੋਇਆ ਸੀ ਉਸ ਦੇ ਅਕਾਲ ਪੁਰਖ ਨੂੰ ਇਹ ਸੋਚਣਾ ਪਿਆ ਇਸ ਬਾਅਦ ਵਿੱਚ ਬ੍ਰਹਮੰਡ ਦਾ ਕੀ ਹੋਵੇਗਾ ਤਾਂ ਭਾਈ ਪਟ ਕੀਰਤਨ ਨੇ ਲਿਖਿਆ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਆ ਨਿਰੰਕਾਰ ਆਕਾਰ ਜੋ روپ لے کے اس دنیا میں آنا تو اس کے اس کا کوئی اثر نہیں ہوتا دنیا میں دنیا کو سیدھے راہ پاؤن واسطے بندہ اس طرح کا ہوے اس طرح کا وکرے انہوں کے نام اٹھے بڑے ہر طرح کے کام کرے تو تاہ آدمی کے اصل گاہ بچے کے اصل گاہ پروار کے اصل گاہ سنسار کے اصل گاہ گرو صاحب نے تو ہی کیتا جو پنڈت سی گا پنڈت نو سجے رائے پاؤن واسطے اس نو اسے کی پاٹھا دے کی جواب دیتا وہ بھی اپنا ہاتھ لے کے پیسے لے کے ہاتھ لاؤن دیا تاجی آتے جھوٹ بول کے اپنا مار کھان دیا تو ساری ساری گربانی کے وچ بہت خزانہ ہے اس معاملے میں گرو صاحب نے سارا آپ اتاریا ہوا پر اسی ساری بد قسمتی آ اسی سنتے بھی ہیں پڑھتے بھی ہیں پر وہ اثر نہیں گا سارے کوئی بھی ਗੁਰੂ ਸਾਹਿਬ ਦੇ ਸਿਧਾਂਤਾਂ ਤੋਂ ਅਸੀਂ ਬਹੁਤ ਦੂਰ ਚਲੇ ਗਏ ਹਾਂ ਠੀਕ ਹੈ ਅਸੀਂ ਨਗਰ ਕੀਰਤਨ ਕਰ ਰਹੇ ਹਾਂ ਲੰਗਰ ਵੀ ਚੱਲ ਰਹੇ ਆ ਸਭ ਕੁਛ ਚੱਲ ਰਿਹਾ ਬਹੁਤ ਵਧੀਆ ਕਿਉਂ ਜਦੋਂ ਪਹਿਲਾਂ ਸੀਗਾ ਉਸ ਵੇਲੇ ਕੁਛ ਨਹੀਂ ਸੀ ਹੋ ਸਕਦਾ ਇਸ ਵੇਲੇ ਬੜੀ ਰਹਿਮਤ ਆ ਕੇ ਸਭ ਕੁਛ ਹਰ ਕੁਛ ਸਾਧਨ ਆ ਹਰ ਕੁਛ ਕਰ ਰਹੇ ਹਾਂ ਸਭ ਕੁਛ ਮਿਲ ਰਿਹਾ ਲੋਕਾਂ ਨੂੰ ਪਰ ਅਸੀਂ ਗੁਰੂ ਸਾਹਿਬ ਦੀ ਸਿੱਖਿਆ ਤੋਂ ਬਹੁਤ ਦੂਰ ਜਾ ਰਹੇ ਗੁਰੂ ਸਾਹਿਬ ਦੀ ਸਿੱਖਿਆ ਕਿਰਤ ਕਰੋ ਅਸੀਂ ਕਿਰਤ ਕਰਦੀ ਛੱਡਦੀ ਆਪਾਂ ਜ਼ਿੰਦਗੀ ਦੀ ਗੱਲ ਕਰਦੇ ਹਾਂ ਸਾਰੇ ਆਪਾਂ ਜ਼ਿੰਮੀਦਾਰ ਹਾਂ ਮਜ਼ਦੂਰ ਹਾਂ ਆਪਾਂ ਕਿਰਤ ਕਰਨੀ ਛੱਡਦੇ ਆਪਾਂ ਬਿਮਾਰੀਆਂ ਦਾ ਪਿਆਰ ਪਾਇਆ ਸਾਰਿਆਂ ਨੇ ਸਾਡੇ ਵੱਡੇ ਵਡੇਰੇ ਕਿਰਤ ਕਰਦੇ ਰਹੇ ਆ ਖੁਸ਼ ਸੀਗੇ ਪਰ ਅਸੀਂ ਕਿਰਤ ਕਰਨੀ ਛੱਡਦੇ ਅਸੀਂ ਦੂਸਰੇ ਦਾ ਹੱਥ ਖਾਣਾ ਸ਼ੁਰੂ ਕਰਤਾ ਗੁਰੂ ਸਾਹਿਬ ਨੇ ਆਖਿਆ ਅਸੀਂ ਦੂਸਰੇ ਦਾ ਆਪਣਾ ਵੰਡ ਕੇ ਲੈ ਕੇ ਖਾਣਾ ਸੀ ਅਸੀਂ ਉਹਦਾ ਵੀ ਹੱਥ ਖਾ ਲਿਆ ਆਪ ਅਤੇ ਨਾਮ ਜਪਣ ਦਾ ਨਾਮ ਜਪਣ ਦਾ ਅਸੀਂ ਢੌਂ ਕਰ ਲਿਆ ਜੇ ਮੈਂ ਪਾਠ ਕਰਦਾ ਤੇ ਮੈਂ ਇਹ ਸੋਚਦਾ ਕਿ ਮੈਂ ਲੋਕਾਂ ਨੂੰ ਸੁਣਾਵਾਂ ਆਪਣੇ ਆਪ ਨੂੰ ਨਾ ਸੁਣਾ ਹਾਲਾਂਕਿ ਗੁਰੂ ਸਾਹਿਬ ਨੇ ਆਖਿਆ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਜੇ ਅੰਦਰੋਂ ਬੰਦਾ ਸੁਣਦਾ ਤੇ ਉਹਦੇ ਨਾਲ ਸਾਰਾ ਕੁਛ ਹੱਲ ਹੋ ਸਕਦਾ ਪਰ ਅਸੀਂ ਨਾਮ ਦੇ ਤੋਂ ਬਹੁਤ ਦੂਰ ਚਲੇ ਗਏ ਬਾਕੀ ਸਾਨੂੰ ਗੁਰੂ ਸਾਹਿਬ ਦੇ ਸਿੱਖਿਆਵਾਂ ਦੇ ਚੱਲਣਾ ਚਾਹੀਦਾ ਬਾਕੀ ਮੈਂ ਪੱਤੀ ਬਿੱਲਿਆਂ ਦੀ ਵੱਲੋਂ ਟੋਟਲ ਸਾਹਿਬ ਧੰਨਵਾਦ ਕਰਦਾ ਗੁਰੂ ਗ੍ਰੰਥ ਸਾਹਿਬ ਦਾ ਉਪਰੰਤ ਸਾਰੀ ਸੰਗਤ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਕਿਉਂਕਿ ਸਾਡੇ ਸਿੱਖ ਧਰਮ ਦੇ ਬਾਨੀ ਨੇ ਉਹ ਜਿਨ੍ਹਾਂ ਨੇ ਸਿੱਖ ਧਰਮ ਦੀ ਨੀਂਹ ਰੱਖੀ ਜਿਨ੍ਹਾਂ ਇਸ ਤੋਂ ਬਾਅਦ ਹੀ ਸਿੱਖ ਧਰਮ ਪ੍ਰਫੁੱਲਿਤ ਹੋਇਆ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਦੀ ਸਿਰਜਣਾ ਕੀਤੀ ਇਸ ਕਰਕੇ ਤੁਸੀਂ ਸਾਰੇ
لکھ لکھ ودھائی دے پاتر ہو جو گرو صاحب دے پرکاش دیہاڑے دی خوشیاں منا رہے ہو واہگرو جی کا خالصہ Thank you.
ਸਾਧ ਸੰਗਤ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਸਾਹਿਬ ਸਮੂਹ ਸੰਗਤਾਂ ਨੇ ਸੰਗਤਾਂ ਦੀ ਸੇਵਾ ਫਲ ਫਰੂਟ ਨਾਲ ਕੀਤੀ ਹੈ ਸੰਗਤਾਂ ਨੂੰ ਜਿਵੇਂ ਆਖਿਆ ਗੁਰੂ ਮਹਾਰਾਜ ਜੀ ਦਾ ਧੰਨਵਾਦ ਕਰਨਗੇ ਇੱਥੋਂ ਦੇ ਗ੍ਰੰਥੀ ਭਾਈ ਸਾਹਿਬ ਭਾਈ ਹਰਦੀਪ ਸਿੰਘ ਜੀ ਆਪਣੇ ਚਰਨ ਪਾਏ ਨੇ ਸਤਿ ਸ੍ਰੀ ਅਕਾਲ ਬਲਾ ਫਤਿਹ ਜੀ ਅਖਵਾਨ ਗੁਰੂ ਜੀ ਦਾ ਖਾਲਸਾ।